ਜ਼ਿਕਰ ਕਰੀਏ ਉਹਨਾਂ ਦੀ ਬਰਕਤ ਨਾਲ ਹਾਲ ਹੋ ਜਾਂਦੇ ਨੇ। ਮੁਸ਼ਕ ਬਣਾਈ ਕਿਸ ਵਾਸਤੇ? ਅੱਲਾਹ ਨੂੰ ਪਾਉਣ ਵਾਸਤੇ, ਅੱਲਾਹ ਦੇ ਰਸੂਲ ਨੂੰ ਪਾਉਣ ਵਾਸਤੇ। ਇਸ ਵਕਤ ਪਹਿਲਾਂ ਉਹਨਾਂ ਦੇ ਕੋਲ ਕਾਫੀ ਲੋਕ ਕਹਿੰਦੇ ਨੇ ਬੁਜ਼ੁਰਗਾਂ ਦੇ ਦਿਨ ਕਿ ਸਾਡੇ ਕੋਲ ਬੇਸ਼ੁਮਾਰ ਲੋਕ ਆਉਂਦੇ ਨੇ। ਨਵੇਂ ਫੀਸਦ ਲੋਕ ਆਉਂਦੇ ਨੇ ਦੁਨੀਆ ਦੇ ਮਕਾਸਦ ਵੱਲ, ਕੋਈ ਬੰਦਾ ਆਉਂਦਾ ਜਗ੍ਹਾ ਗਰੀਬ ਦੀ ਗੱਲ ਕਰਦਾ। ਇੱਕ ਦਫਾ ਅਸਾਂ ਮੈਂ ਸਭ ਇਕੱਠੇ ਮੌਜੂਦ ਖਿਦਮਤ ਆਲੇ ਚਾਲੇ ਛੋੜ ਚੁੱਕੇ, ਬੜੇ ਹੀ ਜ਼ਮਾਨੇ ਦੀ ਗੱਲ ਹੈ, ਮੇਰੇ ਚਾਲ ਹੁੰਦਾ ਸਮੇਂ ਜ਼ਮਾਨੇ ਆਮ ਆਦ ਮਾਇਆ ਇਸ ਚਾਲ। ਕੁਛ ਲੋਕ ਹੁੰਦੇ ਨੇ ਬਜ਼ੁਰਗਾਂ ਨੇ ਵੀ ਜਿਹੜੇ ਮੁਰੀਦ ਕਰਨ ਤੋਂ ਪਹਿਲਾਂ ਕਹਿੰਦੇ ਨੇ ਇਹਨੇ ਨਫਰ ਪੜ ਗਿਆ, ਇਤਨੀ ਇਬਾਦਤ ਕਰਕੇ ਆ ਫਿਰ ਤੈਨੂੰ ਮੁਰੀਦ ਕਰ ਪਾਉਣ ਲੱਗੇ, ਕਿਬਲਾ ਆਲਮ ਦਾ ਨਾਮ ਪਾ ਕੇ ਲੈ ਪਾਉਣ ਲੱਗੇ ਕਿ ਜਦੋਂ ਮੁਰੀਦ ਨੇ ਇੰਨੀ ਇਬਾਦਤ ਕਰ ਲਈ ਸਾਲ ਮਹੀਨਾ ਦੋ ਸਾਲ ਸਾਲ ਕਿੰਨੇ ਵੀ ਬਾਦਤ ਕਰ ਲਈ ਤੇ ਪੀਰ ਸਾਹਿਬ ਦਾ ਕਮਾਲ ਕੀ ਉਹਦੇ ਵਾਸਤੇ ਨੂੰ ਠੀਕ ਕਰਨਾ ਰਸਤੇ ਤੇ ਚਲਾਉਣਾ। ਕਿਬਲਾ ਆਲਮ ਦਾ ਤਾਂ ਰੋ ਪਾ ਕੇ ਕਿਤੇ ਕੁਛ ਪਾ ਕੇ ਗੋਲੀ ਬਣ ਜਾਂਦੇ ਨੇ, ਕਿਸੇ ਹਾਲ ਚ ਵੀ ਆ ਮੁਰੀਦ ਬੰਦਾ ਆਇਆ ਉਹਨੂੰ ਬੈਠ ਕਰਨ ਤੋਂ ਬਾਅਦ ਉਸ ਨੂੰ ਤੀਨ ਦਾ ਰਸਤਾ ਦਿਖਾਉਂਦੇ ਨੇ। ਲੱਖਾਂ ਲੋਕ ਦਿਨਦਾਰ ਹੋ ਗਏ ਨੇ ਤੇ ਦੁਨੀਆ ਲੋਕ ਆਉਂਦੇ ਨੇ ਦੁਨੀਆ ਵਾਸਤੇ ਆਣ ਕੇ ਸਹੀ। ਇੱਥੇ ਦੁਨੀਆ ਮੈਂ ਨੌਕਰੀ ਕਰਦਾ ਸੀ ਫੌਜ ਚ, ਮੈਨੂੰ ਲੋਕ ਮੇਰੇ ਕੋਲ ਬਹੁਤ ਸਕੂਲ ਸੀ ਫੌਜੀਆਂ ਦਾ, ਉੱਥੇ ਬਰੇਕ ਹੁੰਦੀ ਮੇਰੇ ਕੋਲ ਬਹੁਤ ਲੋਕ ਆ ਕੇ ਬੈਠ ਜਾਂਦੇ, ਮੈਂ ਚਾਹ ਕਰ ਲੈਂਦਾ ਸਰ ਚਾਹ ਬਿਸਕਿਟ ਜੋ ਮੇਰੇ ਕੋਲ ਅੱਲ੍ਹਾ ਨੇ ਤੋਫੀਕ ਦਿੱਤੀ ਸੀ। ਅਜ ਸਾਹਿਬ ਦੇ ਲੰਗਰ ਪਾ ਕੇ ਮੈਂ ਕੋਈ ਕੁਛ ਨਹੀਂ, ਉਹਨਾਂ ਦਾ ਲੰਗਰ ਪਾ ਖਾਂਦੇ ਸਨ ਤੇ ਗੱਲਾਂ ਕਰਦੇ ਸਨ। ਮੈਨੂੰ ਕਹਿਣ ਲੱਗੇ ਲੋਕ ਵੀ ਜਨਾਬ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਇਹਨੂੰ ਚਾਹ ਨਾ ਪਿਆਇਆ ਕਰੋ। ਕਿਉਂ? ਕਹਿੰਦੇ ਚਾਹ ਪੀਣ ਵਾਸਤੇ ਆਉਂਦੇ ਨੇ, ਇਹ ਕਿਹੜਾ ਮੁਹੱਬਤ ਹੈ ਤੁਹਾਡੇ ਸਾਹਮਣੇ ਸੀਨ ਵਾਲੀ ਗੱਲਾਂ ਸਿੱਖਣ ਵਾਸਤੇ ਆਉਂਦੇ ਨੇ। ਲੋਕ ਗੱਲਾਂ ਕਰਦੇ ਨੇ ਆਪਸ ਵਿੱਚ, ਚਲੋ ਯਾਰ ਚੱਲੇ ਮੁਫਤ ਦੀ ਚਾਹ ਪੀਵਾਂਗੇ। ਮੈਂ ਤੁਹਾਨੂੰ ਕਬੂਲ ਹੈ ਸਤ ਬਿਸਮਿਲਾ, ਸਤ ਬਿਸਮਿਲਾ ਕਿ ਸਤ ਬਿਸਮਿਲਾ ਜੀ ਆਇਆ ਨੂੰ ਉਹ ਮੇਰੇ ਕੋਲ ਆਣ ਕੇ ਚਾਹ ਪੀਂਦੇ ਨੇ ਦਿਨਾਂ ਪੇਟ ਪੂਜਾ ਕਰਨ ਵਾਸਤੇ, ਪੇਟ ਭਰਨ ਵਾਸਤੇ, ਥਕਾਵਟ ਦੂਰ ਕਰਨ ਵਾਸਤੇ ਤੇ ਮੇਰੇ ਕੋਲ ਬੈਠੇ ਗੱਲਾਂ ਤੇ ਮੇਰੇ ਤੀਰ ਦੀ ਕਰਨਗੇ, ਖੁਦਾ ਦਾ ਸਤੁਤੀ ਕਰਨਗੇ। ਉਹ ਚੰਦ ਲਾਮਾ ਉਹਨਾਂ ਦਾ ਗੀਬਤ ਤੋਂ ਬਚ ਗਏ, ਬੁਰਾਈ ਬੁਰੀ ਬੁਰੀ ਕਰਨਾ ਤੋਂ ਬਚ ਗਏ, ਆਏ ਸਾਨੂੰ ਆਪਣੇ ਕੰਮ ਆ। ਜਦੋਂ ਗੱਲਾਂ ਦੀਨ ਦੀ ਕੀਤੀਆਂ ਨੇ, ਹਜ਼ੂਰ ਦੀ ਗੱਲਾਂ ਕੀਤੀਆਂ ਨੇ, ਉਸ ਇੱਕ ਚਾਹ ਦਾ ਕੱਪ ਪੀਣ ਤੋਂ ਬਾਅਦ ਤਿੰਨ ਘੰਟੇ ਤੇ ਉਸਦਾ ਉਸਦਾ ਅਸਰ ਰਹੇਗਾ, ਥਕਾਵਟ ਦੂਰ ਰਹੇਗੀ ਤਿੰਨ ਘੰਟੇ ਦੇ ਅੰਦਰ। ਇੱਕ ਪੈਰਾਸੀਟਾਮੋਲ ਦੀ ਗੋਲੀ ਖਾ ਲਓ ਤੇ ਚਾਰ ਘੰਟੇ ਤੇ ਚਲੇ ਗਈ ਉਸਦਾ ਅਸਰ ਚਲੇਗਾ। ਕਿਆ ਮੇਰੇ ਕੋਲ ਬੈਠ ਕੇ ਉਹਨਾਂ ਨੇ ਅੱਲਾਹ ਦਾ ਜ਼ਿਕਰ ਕੀਤਾ, ਅੱਲਾਹ ਦੇ ਰਸੂਲ ਦੀ ਗੱਲਾਂ ਬਾਤਾਂ ਕੀਤੀਆਂ, ਹਜ਼ੂਰ ਅਮੀ ਨੇ ਮਿਲਾ ਤੇ ਲਫਖੇ ਮਿਲੇ ਦੀ ਗੱਲਾਂ ਕੀਤੀਆਂ, ਉਹ ਬਜ਼ੁਰਗਾਂ ਦੀ ਗੱਲਾਂ ਕੀਤੀਆਂ, ਉਹਦਾ ਅਸਰ ਚਾਰ ਘੰਟੇ ਤੇ ਨਹੀਂ ਰਹੇਗਾ ਕਿ ਚਾਰ ਦਿਨ ਚਾਰ ਮਹੀਨੇ ਕਿਵੇਂ ਰਹੇਗਾ ਉਹਦੀ ਰੁੱਖ ਦੀ ਵਿੱਚ ਗੱਲ ਲੱਗਦੀ। ਇਲਮੇ ਨਫਸਿਆਤ ਦੇ ਤੌਰ ਤੇ ਰੱਖਾਂ ਤੱਕ ਸ਼ੋਰ ਚਲੀ ਗਈ, ਉਸਨਜੀ ਦੇ ਕਿਸੇ ਦਾ ਮੈਂ ਵੀ ਫੁੱਲਾਂ ਮੇਂ ਗੱਲ ਨਿਕਲੇਗੀ ਕਿ ਨਸਲਾਂ ਤੱਕ ਕਦੇ ਕਿਤੇ ਕਿਤੇ ਗੱਲ ਪਹੁੰਚੀ ਕਿੰਨਾ ਅਸਰ ਰਹੇਗਾ। ਅਲੀ ਕੋਈ ਸ਼ੀਰ ਦੇ 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 ਉੱਤੇ ਆਮ ਦੁਨੀਆ ਵਾਸਤੇ ਦੀਨ ਉਹ ਅਤਾ ਪਾਉਂਦੇ ਨੇ ਇਹ ਜ਼ੂ ਦੀ ਮੁਹੱਬਤ। ਨਬੀ ਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਇਹ ਗੱਲ ਕਰਦੀ ਅਹਿਸਾਨ ਵਾਲੀ, ਅਹਿਸਾਨ ਹੈ ਸਾਡਾ ਕਿੰਨਾ ਬੜਾ ਅਹਿਸਾਨ ਹੈ ਸਾਡੇ ਤੇ, ਉਹ ਵੀ ਅਹਿਸਾਨ ਚੱਲਾ ਰਿਹਾ ਜਿਹੜੇ ਨਬੀ ਅਤਾ ਫਰਮਾਇਆ ਤੇ ਨਬੀ ਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਅਸਾਨ ਕਰ ਦਿੱਤਾ।
ਕਿਸਾਨ ਉਸ ਵੇਲੇ ਨਹੀਂ ਸੀ ਫਲ ਹੈ ਕਿਆ ਪਤਾ ਕਿਸਾਨ ਚੱਲੇਗਾ ਤਰੀਕਾ ਕਿਆਮਤ ਤੱਕ ਚੱਲੇਗਾ ਇਹ ਨਕਸ਼ੀ ਨਕਸ਼ੀ ਕਦਮ ਕਿਆਮਤ ਤੱਕ ਤੁਹਾਨੂੰ ਮਿਲਣਗੇ ਕਿਉਂਕਿ ਨਬੂਤ ਖਤਮ ਹੋ ਗਈ ਤੇ ਔਲਿਆ ਕਰਾਮ ਜ਼ੁਬਾਨ ਦੀਨ ਨੇ ਨਸ਼ੋ ਇਸ਼ਾਰਤ ਦਾ ਕੰਮ ਤਬਲੀਗ ਉਹ ਇਸ਼ਾਰਤ ਦਾ ਕੰਮ ਜਾਰੀ ਰੱਖਣਾ ਹੈ ਹਜ਼ੂਰ ਦੀ ਨਕਲ ਦੱਸੇ ਜਾਣਗੇ ਨਕਲ ਦਾ ਨਕਲ ਦੱਸੇ ਜਾਣਗੇ ਜ਼ੁਬਾਨ ਹਦੀਸ ਵੀ ਕੁਰਾਨ ਵੀ ਦੱਸਣਗੇ ਉਹ ਤਸ਼ਰੀਹ ਵੀ ਦੱਸਣਗੇ ਉਹ ਤਰੀਕਾ ਵੀ ਦੱਸਣਗੇ ਅਮਲੀ ਨਮੂਨਾ ਵੀ ਦੇਣਗੇ ਇਹ ਸਾਡੇ ਸਾਹਮਣੇ ਆਪਣਾ ਅਮਲੀ ਨਮੂਨਾ ਹੈ ਕਿਸੇ ਬੰਦੇ ਨੇ ਗੁਲਾਮ ਦੇ ਸਾਹਮਣੇ ਕਿਵੇਂ ਆਲਮ ਦੇ ਸਾਹਮਣੇ ਹਾਜ਼ਰ ਹੋ ਕੇ ਅਗਰ ਉਹਨੇ ਖਾਹਿਸ਼ ਕੀਤੀ ਕਿ ਮੈਨੂੰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿਆਦਤ ਹੋਵੇ ਉਹਨੂੰ ਜ਼ਿਆਦਤ ਹੀ ਅਤਾ ਹੋਈ ਹੈ ਲੇਕਿਨ ਉਹ ਦਿਲ ਬਣਾ ਲਈ ਪਹਿਲੇ ਉਸ ਲਗੜੇ ਤੋਂ ਗੁਜ਼ਰ ਜਾਓ ਫਿਰ ਮੇ ਕਾਪੂਰ ਟ੍ਰੇਨਿੰਗ ਹੁੰਦੀ ਹੈ ਪੁਲਿਸ ਵਾਲਿਆਂ ਦੀ ਟ੍ਰੇਨਿੰਗ ਹੁੰਦੀ ਹੈ ਜਦੋਂ ਭਰਤੀ ਕਰਦੇ ਨੇ ਫੌਜਾਂ ਦੀ ਟ੍ਰੇਨਿੰਗ ਹੁੰਦੀ ਪਹਿਲੇ ਰਗੜਾ ਦਿੰਦੇ ਨੇ ਸਪਾਈ ਬਣਨ ਵਾਸਤੇ ਵੀ ਪਹਿਲੇ 6 ਮਹੀਨੇ ਦਾ ਰਗੜਾ ਤੋਂ ਜ਼ਿਆਦਾ ਹੋ ਗਿਆ ਸਭ ਟ੍ਰੇਨਿੰਗ ਹੁੰਦੀ ਦਿਨ ਰਾਤ ਜਾਗਣਾ ਸਰਦੀ ਬਰਦਾਸ਼ਤ ਕਰਨਾ ਗਰਮੀ ਬਰਦਾਸ਼ਤ ਕਰਨਾ ਤਬਾਹ ਕਰ ਦਿੰਦੇ ਤਬਾਹੀ ਮਚਾ ਦਿੰਦੇ ਨੇ ਦੂਸਰੇ ਲਗਦਾ ਹੈ ਅਫਸਰ ਦੀ ਟ੍ਰੇਨਿੰਗ ਵੀ 3-3 ਸਾਲ 4-4 ਸਾਲ ਹੁੰਦੀ ਹੈ ਉਸ ਲਗੜੇ ਨੂੰ ਬਹੁਤ ਨੁਕਸਾਨ ਬਣਦਾ ਹੈ ਉਹ 6 ਮਹੀਨੇ ਲਗੜਾ ਲੈ ਕੇ ਸਪਾਈ ਬਣਦਾ ਹੈ 3 ਸਾਲ ਲਗੜਾ ਲੈ ਕੇ ਅਫਸਰ ਬਣਦਾ ਹੈ ਜਿੰਨਾ ਲਗੜਾ ਜ਼ਿਆਦਾ ਖਾਏਗਾ ਤਕਲੀਫ ਜ਼ਿਆਦਾ ਬਰਦਾਸ਼ਤ ਕਰੇਗਾ ਉਹਦਾ ਜ਼ਿਆਦਾ ਉਹਨੂੰ ਮੁਕਾਮ ਮਿਲੇਗਾ ਤਕਲੀਫ ਜ਼ਰੂਰ ਆਉਂਦੀਆਂ ਨੇ ਤਕਲੀਫਾਂ ਜਦੋਂ ਬੰਦਾ ਦੀਨ ਦੇ ਉੱਤੇ ਚੱਲਦਾ ਕਸ਼ਮੀਰ ਦੇ ਬਜ਼ੁਰਗ ਮੰਨਦੇ ਨੇ ਮੈਂ ਮਿਲਿਆ ਉਹਨਾਂ ਨੂੰ ਟੰਡਾ ਸ਼ਰੀਫ ਦੇ ਉਹ ਕਹਿੰਦੇ ਨੇ ਕਿ ਜਦੋਂ ਬੰਦਾ ਅੱਲਾਹ ਦੇ ਰਸਤੇ ਦੇ ਉੱਤੇ ਚੱਲਦਾ ਹੈ ਤੇ ਉਹਨੂੰ 40,000 ਦਫਾ ਸ਼ੈਤਾਨ ਹਮਲਾ ਕਰਦਾ ਉਸ ਦੇ ਫਿਰ ਵੀ ਨਾਕਾਮ ਹੋ ਜਾਂਦਾ ਫਿਰ ਵੀ ਨਹੀਂ ਛੱਡਦਾ ਉਸੇ ਬਾਪ ਤੋਂ ਤੂੰ ਛੱਡਿਆ ਨਹੀਂ ਸੀ ਕਿਉਂ ਤੇਰੀ ਇਬਾਦਤ ਦੀ ਜ਼ਰੂਰਤ ਨਹੀਂ ਕਹਿੰਦੇ ਕਲਾ ਹੋ ਉਹਨਾਂ ਨੇ ਕਿਹਾ ਕਿ ਕਿਉਂ ਤੇ ਬੜਾ ਮੁਕਾਮ ਹੋ ਗਿਆ ਉਹਨੇ ਲਾਹੌਰ ਪੜੀ ਕਹਿੰਦੇ ਕਿ ਤੈਨੂੰ ਤੇ ਇਹਨੇ ਬਚਾ ਲਿਆ ਫਿਰ ਵੀ ਨਹੀਂ ਛੱਡਿਆ ਕਹਿੰਦੇ ਮੈਨੂੰ ਮੇਰੇ ਰੱਬ ਨੇ ਬਚਾਇਆ ਸ਼ੈਤਾਨ ਉਹਨਾਂ ਤੱਕ ਪਹੁੰਚਦਾ ਸੀ ਕੌਣ ਹੋਣੇ ਮੁਕਾਬਲਾ ਪਰੇਸ਼ਾਨੀਆਂ ਮੁਸ਼ਕਲਾਂ ਕਦੇ ਰੋਟੀ ਨਹੀਂ ਮਿਲੇਗੀ ਫਾਕਰ ਕੇ ਸ਼ਹੀਦ ਹੋ ਸਕਦੀ ਹੈ ਕਿ ਬਜ਼ਾਰ ਹਾਲਾਤ ਨਜ਼ਰ ਨਹੀਂ ਆਉਂਦੇ ਕਿ ਪਰੇਸ਼ਾਨੀ ਕਿ ਨਾਮ ਰੋਟੀ ਵੀ ਨਹੀਂ ਕਿਥੋਂ ਖਾਈਏ ਰੋਜ਼ਗਾਰ ਮੁਸ਼ਕਲ ਹੋ ਗਿਆ ਮੁਕੱਦਮੇ ਨੇ ਤਬੀਅਤ ਖਰਾਬ ਹੁੰਦੀ ਹੈ ਆਦਤ ਬਦਲ ਲਈ ਹੈ ਆਪਣੀ ਆਦਤ ਆਪਣੀ ਆਦਤ ਬਦਲ ਕੇ ਸਿਗਰਟ ਪੀਣਾ ਮੈਂ ਪਾਨ ਖਾਣਾ ਛੋੜ ਦਿੱਤਾ ਤੇ ਮੈਨੂੰ ਤਬੀਅਤ ਖਰਾਬ ਹੋ ਗਈ ਬਿਮਾਰ ਹੋ ਜਾਂਦਾ ਤਬੀਅਤ ਖਰਾਬ ਤੇ ਹੋਏਗੀ ਲੇਕਿਨ ਕੁਰਾਨ ਕੀ ਕਹਿੰਦਾ ਜੀ ਇੰਨਾ ਮਾਲੂ ਸੀ ਯੂਸਰ ਤੋਂ ਇੰਨਾ ਮਾਲੂ ਸੀ ਯੂਸਰ ਦੋ ਦਫ਼ਾ ਗੱਲ ਕੀਤੀ ਕੁਰਾਨ ਦਾ ਇੱਕ ਲਫ਼ਜ਼ ਵੀ ਫਾਲਤੂ ਨਹੀਂ ਇਹ ਗੱਲ ਤੋਂ ਲਾ ਕੇ ਗੱਲ ਕੀਤੀ ਦੋ ਦਫ਼ਾ ਕੀਤੀ ਬੇਸ਼ੱਕ ਲਫ਼ਜ਼ ਬੇਸ਼ੱਕ ਨਾਲ ਕਿੰਨਾ ਦੇ ਨਾਲ ਜੋ ਦਿੱਤੀ ਗੱਲ ਬੇਸ਼ੱਕ ਮੁਸ਼ਕਿਲ ਦੇ ਸਾਥ ਆਸਾਨੀ ਮੁਸ਼ਕਿਲ ਕੀ ਮਾਇਤ ਨੇ ਸਾਥ ਵਿਦ ਆਸਾਨੀ ਕੀ ਮਤਲਬ ਹੈ ਮੁਸ਼ਕਿਲ ਦੇ ਨਾਲ ਆਸਾਨੀ ਹੈ ਦੋ ਮਫਹੂਮ ਹੈ ਅੱਲਾਹ ਦਾ ਇੱਕ ਤੇ ਉਸ ਮੁਸ਼ਕਿਲਾਤ ਤੇ ਦਰ ਬਦਾ ਜਿਹੜੇ ਸਾਨੂੰ ਫਵਾਇਦ ਮਿਲਣਗੇ ਉਹ ਸਾਨੂੰ ਪਤਾ ਨਹੀਂ ਪਤਾ ਨਹੀਂ ਲੇਕਿਨ ਮਿਲਣਗੇ ਉਹ ਫਾਇਦੇ ਮੌਜੂਦ ਨੇ ਸਾਨੂੰ ਨਜ਼ਰ ਨਹੀਂ ਆ ਰਿਹਾ ਇੱਕ ਇਸ ਤੋਂ ਬਾਅਦ ਸਾਨੂੰ ਆਸਾਨੀ ਮਿਲੇਗੀ ਅਸੀਂ ਆਸਾਨੀ ਪਹਿਲੇ ਮੁਫੋਂ ਦੇਖੀਏ ਕਿ ਸਾਡੀ ਨਜ਼ਰ ਨਹੀਂ ਪੈਂਦੀ ਆਸਾਨੀ ਦੀ ਅਗਰ ਮੈਂ ਤੁਹਾਨੂੰ ਦੱਸਾਂ ਮੈਂ ਲੈਕਚਰਾਰ ਸੀ ਪਹੁੰਚ ਜਾਣ ਤੋਂ ਪਹਿਲਾਂ ਪਾਨ ਮਿੰਟ ਬੇਤਾਸ਼ਾ ਖਾਂਦਾ ਸਾ
ਤੇ ਦੁਬਾਰਾ ਕਦੀ ਸ਼ੁਰੂ ਕਰਦਾ ਪਰ ਮੈਂ ਫੌਜ ਦਾ ਤਿਆਰੀ ਕਰ ਰਿਹਾ ਸੀ ਟੈਸਟਾਂ ਵਾਸਤੇ ਮੈਂ ਵਰਜਿਸ਼ ਵਾਲੇ ਸ਼ੁਰੂ ਕਰਦਾ ਸੀ ਗੇਮਾਂ ਸ਼ਾਮਾਂ ਪਾਂਚ ਛੋਟ ਹੁੰਦਾ ਇੱਕ ਕੰਮ ਅੱਠ ਦਸ ਪਾਣ ਹੋਰ ਖਾਂਦਾ ਸੀ ਤੇ ਤਮਾਕੂ ਤੇ ਮੈਂ ਸੁਬਹ ਤੋਂ ਪਾਣ ਘਰ ਮੌਜੂਦ ਨੇ ਮੈਂ ਕਿਹਾ ਸੁਬਹ ਤੋਂ ਪਾਣ ਨਹੀਂ ਖਾਣਾ ਸੋ ਪਾਣ ਸਾਰੇ ਮੈਂ ਸੜਕੇ ਚਲਾ ਗਿਆ ਨਹੀਂ ਖਾਣਾ ਨਹੀਂ ਖਾਣਾ ਉਸ ਤੋਂ ਬਾਅਦ ਕੋਈ ਸਾਰ ਨਹੀਂ ਖਾਧਾ ਉਹਦਾ ਫਾਇਦਾ ਕਿ ਮੁਸ਼ਕਲਾਂ ਮੈਨੂੰ ਮਹਿਸੂਸ ਹੋਈ ਤਬੀਅਤ ਖਰਾਬ ਹੋ ਗਈ ਤੰਬਾਕੂ ਤਾਂ ਨਸ਼ਾ ਹੈ ਨਸ਼ਾ ਕੋਕ ਆਦਤ ਕੋ ਜੋ ਵੀ ਕੋਕ ਹੈ ਛੋਟਾ ਨਸ਼ਾ ਆਦਤ ਹੈ ਸਕੂਨ ਮਿਲਦਾ ਹੈ ਲੇਕਿਨ ਉਹ ਬਹੁਤ ਤਕਲੀਫ ਹੁੰਦਾ ਹੈ ਕਿ ਚੰਦ ਦਿਨ ਤੋਂ ਬਾਅਦ ਮੇਰੇ ਚਿਹਰੇ ਤੇ ਸੁਰਖੀ ਆ ਗਈ ਮੇਰੇ ਸਿਹਤ ਬਿਲਕੁਲ ਆਉਣਾ ਸ਼ੁਰੂ ਹੋ ਗਈ ਮੈਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਮੈਂ ਜੂਸ ਮੈਨੂੰ ਭੁੱਖ ਲੱਗ ਤੂੰ ਕਿੰਨਾ ਜ਼ਿਆਦਾ ਭੁੱਖ ਲੱਗਦੀ ਸੀ ਕਿ ਸੂਰ ਖਾਣ ਬਾਜ਼ਾਰ ਖੜਾ ਭੁੱਖ ਲੱਗੀ ਦੁਕਾਨ ਤੇ ਸੇਬ ਫਰੂਟ ਚੜ ਲੱਗ ਕੇ ਖਾਣੇ ਸ਼ੁਰੂ ਕਰ ਦਿੰਦਾ ਸੀ ਮੂਲੀਆਂ ਖਾਣੀ ਸ਼ੁਰੂ ਕਰ ਦਿੰਦੀ ਸੀ ਗਾਜਰ ਖਾਣੀਆਂ ਭੁੱਖ ਲੱਗਦੀ ਸੀ ਮੈਨੂੰ ਹਫਤੇ ਬਾਅਦ ਮੇਰੇ ਚਿਹਰੇ ਤੇ ਸੋਚੀ ਵੀ ਬਿਲਕੁਲ ਠੀਕ ਹੋ ਗਈ ਮਹਿਸੂਸ ਨਹੀਂ ਹੁੰਦਾ ਸੀ ਇਹਦਾ ਅਸਲ ਮੁਸਲਮਾਨ ਨਾ ਨੇ ਇਨਸਾਨ ਆਪਣੇ ਆਦਤ ਨੂੰ ਤਬਦੀਲ ਕਰਦਾ ਹੈ ਸੁਬਾਹ ਦਾ ਉੱਠਣਾ ਬਹੁਤ ਮੁਸ਼ਕਿਲ ਹੈ ਲੇਕਿਨ ਮੈਂ ਸੁਬਾਹ ਉੱਠਾਂਗਾ ਤੇ ਉੱਠ ਜਾਂਗਾ ਰਾਤ ਦੇ 3 ਵਜੇ ਤੱਕ ਜਾਗ ਕੇ ਸੁਬਹ ਦੀ ਨਮਾਜ਼ ਪੜ੍ਹਨੀ ਹੈ ਤੇ ਪੜ੍ਹਨੀ ਹੈ ਸੁਸਤੀ ਕਦੇ ਤੇ ਹੋਰ ਗੱਲ ਅਸਲ ਮੁਸਲਮਾਨ ਪੱਕਾ ਇਹਦਾ ਇਸ ਨਾਲ ਤਰੀਕਾ ਮੇਰਾ ਤੋਂ ਮਿਲਦਾ ਹੈ ਹਜ਼ਰਤ ਸਾਹਿਬ ਸਾਰੀ ਰਾਤ ਮਹਿਫਿਲ ਕਰਨ ਤੋਂ ਬਾਅਦ ਅਲੀ ਪੁਸ਼ੀ ਜਿਹੜੇ ਕੋਲ ਲੋਕ ਗਏ ਨੇ ਅਸ਼ੀਰ ਦੇ ਮੌਕੇ ਤੇ ਦੇਖਿਆ ਤਿੰਨ ਚਾਰ ਦਿਨ ਮੁਸਲਸਲ ਆਪ ਲੋਕ ਆ ਬੰਦ ਨੂੰ ਟੈਂਟ ਕਰਦੇ ਨੇ ਬੈਠੇ ਨੇ ਜ਼ਾਤ ਜਲਸਾ ਵੀ ਸੁਬਹ ਤੱਕ ਲੈ ਨਮਾਜ਼ ਲੋਕ ਉੱਥੇ ਹੀ ਸੋ ਜਾਂਦੇ